साहिब जियो सा सेवा कीती सफल है जित सतगुर का मान मने जान सतगुर का मान मन्या तां पाप कसमल पन्ने विच दुनिया सेव कमाई है तां दरगह बैसन पाईए कहो नानक बाहां लोडाईए परम सन्मान योग सतगुरु महाराज दी साजी नवाजी होई गुरु खालसा सतसंग जियो प्यार सत्कार सहित सतगुरु दी फतेह बुलाओ वाहिगुरु जी का खालसा वाहिगुरु जी की फतेह। आप संगतां जुगो जुग अटल सतगुरु दसो पातशाहियां दी पवित्र जोत चवर तख्त शतर दे मालक राजान राजपानान पान देवान देव उपमा महान धन गुरु ग्रंथ साहब सच्चे पातशाह दी पावन पवित्र हजूरी दे विच गुरु घर तों वरोसाए होए पवित्र आत्मा सेवा दे पुंज श्रीमान संत बाबा तारा सिंह जी मिठा टवाणा हुशियारपुर वालियां दी मिठी प्यारी याद विच जुड़ बैठे हो बेअंत महापुरखां दे पासों आप संगतां ने पवित्र गुरमत विचार सरवण कीते दास तों पहलां आप नारायण कला तार जगमय परवरियो निरंकार आकार जोत जगमंडल करियो गुरु नानक साहब सच्चे पातशाह दी पवित्र अंश बंश अते नाल ही गुरमत सदान प्रचारक संत समाज दे प्रधान सत्कार योग सर उपमा योग श्रीमान बाबा सरबजोत सिंह जी बेदी साहिब जी दे पासों आप संगतां ने गुरमत दे विचार महापुरखां दे जीवन संबंधी सुंदर गाथा सरवण कीतियां हन। मैं होर कुछ संगतां दे सामने लंबी चौड़ी विचार करनी योग नहीं समझदा। मैं ते इन्नी क बेनती करांगा जो कुछ महापुरखां ने आप संगतां नूं प्रेरणा कीती है बस तुसीं इन्हां दे बचन मन लो ते जेड़ा भी संगतां महापुरखां दे बचनां नूं मन लवे उस उत्ते हुंदी है गुरु दी कृपा। धन गुरु अर्जन देव महाराज सच्चे पातशाह दे पवित्र वाक हन जी को बचन कमावै संतन का सो गुर प्रसादी तरीए। जेड़ा भी गुरसिख माई भाई संतां महापुरखां दे बचना नू कमाउंदा है भाव उन्हां दे कई बचना ते अमल करदा है उस उत्ते गुरु नानक साहब सच्चे पातशाह दी रहमत हो जांदी है ते जिन्हां ते गुरु दी रहमत हो जावे
ਉਹਨਾਂ ਦਾ ਭਾਵ ਸਾਗਰ ਤੋਂ ਪਾਰੋ ਉਤਾਰਾ ਵੀ ਹੋ ਜਾਂਦਾ ਹੈ। ਇੱਕ ਇਹ ਵੀ ਗੱਲ ਵਿਚਾਰਨ ਯੋਗ ਹੈ, ਬਹੁਤ ਸਾਰੇ ਲੋਕਾਂ ਨੂੰ ਇਹ ਵੀ ਭੁਲੇਖਾ ਲੱਗਿਆ ਹੋਇਆ ਹੈ। ਉਹ ਕਹਿੰਦੇ ਨੇ ਬਈ ਸੰਤ ਕੋਈ ਹੋ ਹੀ ਨਹੀਂ ਸਕਦਾ। ਬੜੀ ਹੈਰਾਨੀ ਦੀ ਗੱਲ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਵਿੱਚ ਥਾਂ ਥਾਂ ਸੰਤਾਂ ਦੀ ਮਹਿਮਾ ਲਿਖੀ ਮਿਲਦੀ ਹੈ, ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਸੰਤ ਅਤੇ ਗੁਰੂ ਦੇ ਵਿੱਚ ਇੱਕ ਬਹੁਤ ਵੱਡਾ ਅੰਤਰ ਹੈ। ਕਿਉਂਕਿ ਗੁਰੂ ਦਾ ਰੁਤਬਾ ਮਹਾਨ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਤੋਂ ਪੁੱਛਦੇ ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗਿਆਨ ਧਿਆਨ ਕਿਛੁ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਤਾਂ ਸਭ ਤੋਂ ਵੱਡਾ ਹੈ, ਗੁਰੂ ਵਰਗਾ ਕੋਈ ਦੇਵਤਾ ਕੋਈ ਫਰਿਸ਼ਤਾ ਨਹੀਂ ਹੋ ਸਕਦਾ। ਸਤਿਗੁਰੂ ਦੀ ਬਾਣੀ ਦਾ ਫੈਸਲਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਵਰਗਾ ਕੋਈ ਹੋ ਵੀ ਸਕਦਾ ਹੈ ਤਾਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਗੁਰ ਨਾਲ ਤੁਲਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ। ਸਾਰੇ ਬ੍ਰਹਿਮੰਡਾਂ ਨੂੰ ਖੋਜ ਕੇ ਵੀ ਦੇਖ ਲਿਆ ਗਿਆ ਹੈ, ਪਰ ਗੁਰੂ ਨਾਨਕ ਸਾਹਿਬ ਵਰਗਾ ਕੋਈ ਸਾਨੂੰ ਮਿਲ ਹੀ ਨਹੀਂ ਸਕਿਆ ਅਤੇ ਨਾ ਹੀ ਮਿਲ ਸਕੇਗਾ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਅਹੁਦਾ ਸਭ ਤੋਂ ਵੱਡਾ, ਸਭ ਤੋਂ ਮਹਾਨ ਹੈ। ਜੇ ਕੋਈ ਇਹ ਪੁੱਛ ਲਵੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੈ ਕੀ ਸੀ, ਤਾਂ ਇਹਦਾ ਜਵਾਬ ਇੰਨਾ ਹੀ ਸਾਨੂੰ ਸਤਿਗੁਰੂ ਦੀ ਬਾਣੀ ਤੋਂ ਪ੍ਰਾਪਤ ਹੁੰਦਾ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹੇ ਅਸਮਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹੇ ਅਸਮਾਏ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਅਤੇ ਅੱਗੇ ਚੱਲ ਕੇ ਲਿਖਿਆ ਹੈ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਅਤੇ ਰੱਬ ਦੇ ਵਿੱਚ ਤਾਂ ਕੋਈ ਫਰਕ ਹੈ ਹੀ ਨਹੀਂ, ਇਹ ਗੁਰਮਤਿ ਦਾ ਸਿਧਾਂਤ ਹੈ। ਅਤੇ ਜਿਹੜੀ ਸੰਤ ਦੀ ਪਦਵੀ ਹੈ, ਜਿਸ ਉੱਤੇ ਗੁਰੂ ਅੰਮ੍ਰਿਤਮਈ ਦ੍ਰਿਸ਼ਟੀ ਕਰ ਦੇਵੇ ਅਤੇ ਉਹਨੂੰ ਉਹ ਸੰਤ ਬਣਾ ਦਿੰਦੇ। ਸੁਖਮਨੀ ਸਾਹਿਬ ਬਾਣੀ ਦਾ ਸੰਗਤਾਂ ਬਹੁਤ ਪਿਆਰ ਦੇ ਨਾਲ ਪਾਠ ਕਰਦੀਆਂ ਨੇ। ਉਸ ਪਵਿੱਤਰ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਚਨ ਸਪਸ਼ਟ ਕੀਤਾ ਹੈ, ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਦੋਂ ਸਤਿਗੁਰੂ ਕਿਸੇ ਵੀ ਗੁਰਸਿੱਖ ਮਾਈ ਭਾਈ ਦੇ ਵੱਲ ਮਿਹਰ ਦੀ ਨਜ਼ਰ ਨਾਲ ਤੱਕ ਦੇਵੇ ਤਾਂ ਉਹ ਸੰਤ ਬਣ ਜਾਂਦਾ। ਇਹ ਗੁਰੂ ਅਤੇ ਸੰਤ ਦਾ ਫਰਕ ਤਾਂ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਅਤੇ ਪਰ ਹਜ਼ੂਰ ਕਹਿੰਦੇ ਨੇ, ਜੇ ਕੋਈ ਗੁਰੂ ਦੇ ਬਖਸ਼ਿਆ ਹੋਇਆਂ ਮਹਾਂਪੁਰਖਾਂ ਦਾ ਵੀ ਬਚਨ ਕਮਾ ਲਵੇ ਤਾਂ ਉਹਦੇ 'ਤੇ ਵੀ ਗੁਰੂ ਦੀ ਰਹਿਮਤ ਹੁੰਦੀ ਹੈ। ਅਤੇ ਜਦੋਂ ਗੁਰੂ ਦੀ ਰਹਿਮਤ ਹੋ ਜਾਵੇ ਤਾਂ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਉਹਦਾ ਬੇੜਾ ਵੀ ਪਾਰ ਹੋ ਜਾਂਦਾ ਹੈ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਰਹਿਮਤਾਂ ਕੀਤੀਆਂ ਨੇ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਸਾਰੇ ਭੰਡਾਰੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਬਖਸ਼ਿਸ਼ ਕੀਤੇ ਅਤੇ ਗੁਰੂ ਨਾਨਕ ਸਾਹਿਬ ਨੇ ਇੰਨੇ ਖੁੱਲ੍ਹੇ ਗੱਫੇ ਸਾਨੂੰ ਵਰਤਾਏ ਨੇ ਅਤੇ ਹੁਣ ਵੀ ਪਾਈ ਵਰਤਾਈ ਜਾ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਜੋਤ, ਅੱਜ ਵੀ ਸਾਨੂੰ ਉਹ ਭੰਡਾਰੇ ਵਰਤਾ ਰਹੇ ਨੇ। ਅੱਜ ਆ ਮਹਾਂਪੁਰਖਾਂ ਤੋਂ ਬਚਨ ਸੁਣ ਰਹੇ ਹੋ, ਇਹ ਗੁਰੂ ਨਾਨਕ ਸਾਹਿਬ ਦੇ ਭੰਡਾਰੇ ਹੀ ਤਾਂ ਵਰਤਾਏ ਜਾ ਰਹੇ ਹਨ। ਅਤੇ ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ਼ ਸਤਿਕਾਰਯੋਗ ਬਾਬਾ ਜੀ ਮਹਾਂਪੁਰਖ ਬੈਠੇ ਹਨ, ਇਹ ਗੁਰੂ ਨਾਨਕ ਸਾਹਿਬ ਦੇ ਭੰਡਾਰੇ ਹੀ ਤਾਂ ਵਰਤਾਰੇ ਨੇ, ਹੋਰ ਕੀ ਹੈ। ਇਸ ਲਈ ਆਪਾਂ ਸਿਰਫ ਗੁਰੂ ਕੇ ਬਚਨਾਂ ਨੂੰ ਮੰਨਣਾ ਹੈ ਅਤੇ ਮਹਾਂਪੁਰਖ ਗੁਰੂ ਦੇ ਬਚਨਾਂ ਨੂੰ ਆਪ ਮੰਨਦੇ ਹਨ ਅਤੇ ਦੂਸਰਿਆਂ ਨੂੰ ਵੀ ਇਹੀ ਪ੍ਰੇਰਣਾ ਦਿੰਦੇ ਹਨ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਭਾਈ,
विछड़ चोटा खावै। आओ आपां सारे अज प्रण करिए जिथे आपां उस महान हस्ती सेवा पंथी महापुरुख श्रीमान संत बाबा तारा सिंह जी की सालाना बरसी मना रहे हाँ और उन्हां दे जीवन तो प्रेरणा लईए। जिहड़ा माई पाई हाले तक गुरु वाला नहीं बनिया वह गुरु वाला बने, पंजा प्यारियां तो अमृत छके, बाणी ते बाणी दी रहत रखे ते हर गुरसिख नौजवान बच्चे बच्चियां नूं भी केसा तारी जरूर होना चाहिए। ते जे केसा तारी बनोगे ते ताही अमृत दे अधिकारी भी बन सकोगे। ते जिहड़ा सिख केसा तारी ही नहीं ते ओह ते सिखी तो पतत है अमृत तारी ते उसने होना भी की है। इसलिए जे असी अमृत तारे नहीं हो सकते कम से कम केसा तारी हो जाइए ते जेड़े केसा तारी भी हो जाएगी एक दिन उन्हां ते गुरु की जरूर रहमत वरसेगी अमृत तारी भी बन जाएंगे। सब तो पहला पूर्ण मनुख बन की लोड़ है ते जेड़ा पूर्ण मनुख बन जाए उही गुरु का सिख बन सकता है। जेड़ा पूर्ण मनुख ही नहीं ते फिर वह गुरु का सिख किवें बन सकेगा। ते जे कोई अमृत तारी नहीं हो सकता ते केसा तारी भी नहीं हो सकता कम से कम उसनू होर कुरैतां दा त्याग ते करना चाहिए क्योंकि नशियां दा बड़ा अजकल रुझान है। कोई तंबाकू बीड़ियां सिगरटां कई होर नशीलियां चीज़ां इन्नियां परवरत हो चुकियां ने और साडे जीवन नूं भी ते साडे हर किस्म के धर्म को भी सिखी लिए वड्डा खतरा पैदा हो गई ने। इन्हां तों बचिया जाए जे असी गुरु की बख्शी रहत नहीं रख सकते कुरैतां तों बच जाइए ये भी साडे लिए एक बहुत वड्डी गल होवेगी। सो दास हुण इत्थे अपने विचारां नूं सीमित करदा है। सत्कारयोग बाबा जी ने हुक्म किया सी बई तुसां जरूर उत्थे हाजरी भरनी है ते हुक्म मन्निया होवे प्रवान ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨ ਕੇ ਦਾਸ ਨੇ ਸੰਗਤਾਂ ਦੇ ਦਰਸ਼ਨ ਕੀਤੇ ਨੇ, ਹਾਜ਼ਰੀ ਪ੍ਰਵਾਨ ਕਰਨੀ। ਸਾਰੇ ਮਹਾਂਪੁਰਖਾਂ ਦਾ ਹਾਰਦਿਕ ਧੰਨਵਾਦ ਅਤੇ ਸਮੂਹ ਸੰਗਤਾਂ ਦਾ ਵੀ ਰੋਮ ਰੋਮ ਕਰਕੇ ਧੰਨਵਾਦ। ਭੁੱਲਾਂ ਚੁੱਕਾਂ ਲਈ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।